ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਕਿਊਰਿੰਗ ਮਤਲਬ ਤਰਾਈ ਨਾਲ ਜੁੜੀ ਜਾਣਕਾਰੀ ਬਾਰੇ ਕਿ ਦੀਵਾਰ ਬਣਾਉਣ ਤੋਂ ਬਾਅਦ ਕਿੰਨੇ ਸਮੇਂ ਤੱਕ ਉਸਦੀ ਤਰਾਈ ਕਰਨੀ ਚਾਹੀਦੀ ਹੈ, ਉਹਦੀ ਕਿਊਰਿੰਗ ਕਰਨੀ ਚਾਹੀਦੀ ਹੈ। ਨਵੀਂ ਬਣੀ ਦੀਵਾਰ ਨੂੰ ਚੰਗੀ ਤਰ੍ਹਾਂ ਪਾਣੀ ਲਗਾਓ, ਜਿਸ ਨਾਲ ਨਵੀਂ ਬਣੀ ਦੀਵਾਰ ਵਿੱਚ ਐਕਸਟਰਾ ਸਟਰੈਂਥ ਆਵੇਗੀ, ਮਤਲਬ ਐਕਸਟਰਾ ਮਜ਼ਬੂਤੀ ਆਵੇਗੀ, ਜਿਸ ਨਾਲ ਦੀਵਾਰਾਂ ਵਿੱਚ ਜਲਦੀ ਕਰੈਕ ਨਹੀਂ ਆਵੇਗਾ। ਅੱਜ ਤੁਹਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਕਿ ਜੋ ਦੀਵਾਰ ਦੀ ਕਿਊਰਿੰਗ ਤਰਾਈ ਕਿੰਨੇ ਸਮੇਂ ਤੱਕ ਅਤੇ ਕਿਵੇਂ ਕਰਨੀ ਚਾਹੀਦੀ ਹੈ, ਕਦੋਂ ਤੋਂ ਕਦੋਂ ਤੱਕ ਕਰਨੀ ਚਾਹੀਦੀ ਹੈ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ, ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਦੀਵਾਰ ਦੀ ਤਰਾਈ ਕਰਨੀ ਹੈ ਤਾਂ ਪਾਈਪ ਦੇ ਨਾਲ ਪਾਣੀ ਛਿੜਕ ਸਕਦੇ ਹਾਂ। ਜੇਕਰ ਤੁਹਾਡੇ ਏਰੀਏ ਵਿੱਚ ਪਾਣੀ ਦੀ ਕਮੀ ਹੈ ਤਾਂ ਤੁਸੀਂ ਗਨੀ ਬੈਗ ਮਤਲਬ ਬੋਰੀਆਂ ਨੂੰ ਵੀ ਦੀਵਾਰ ਉੱਤੇ ਲਗਾ ਕੇ ਉਸਨੂੰ ਗਿੱਲਾ ਕਰਕੇ ਵੀ ਤਰਾਈ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਦੀਵਾਰ 'ਤੇ ਜ਼ਿਆਦਾ ਦੇਰ ਤੱਕ ਨਮੀ ਬਣੀ ਰਹੇਗੀ। ਦੀਵਾਰ 'ਤੇ ਨਮੀ ਬਣਾਈ ਰੱਖਣ ਲਈ ਦੀਵਾਰ ਦੀ ਸਹੀ ਸਮੇਂ 'ਤੇ ਉਸਦੀ ਤਰਾਈ ਕਰਨੀ ਬਹੁਤ ਜ਼ਰੂਰੀ ਹੈ। ਇੱਕ ਗੱਲ ਦਾ ਜ਼ਰੂਰ ਖਾਸ ਧਿਆਨ ਰੱਖੋ ਕਿ ਜਦੋਂ ਵੀ ਤਰਾਈ ਕਰਨੀ ਹੈ ਤਾਂ ਹਮੇਸ਼ਾ ਹੀ ਪੀਣ ਵਾਲੇ ਪਾਣੀ ਮਤਲਬ ਡ੍ਰਿੰਕਿੰਗ ਵਾਟਰ ਦੀ ਹੀ ਵਰਤੋਂ ਕਰਨੀ ਹੈ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਤਰਾਈ ਕਰਨ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਹੈ। ਤਰਾਈ ਨਵੀਂ ਬਣੀ ਦੀਵਾਰ ਦੀ ਤਰਾਈ ਘੱਟੋ ਘੱਟ 7 ਤੋਂ 10 ਦਿਨ ਸਾਨੂੰ ਕਰਨੀ ਚਾਹੀਦੀ ਹੈ ਤਾਂ ਜੋ ਦੀਵਾਰ ਚੰਗੀ ਤਰ੍ਹਾਂ ਮਜ਼ਬੂਤ ਬਣ ਸਕੇ। ਸਰਦੀਆਂ ਵਿੱਚ ਅਸੀਂ ਨਵੀਂ ਬਣੀ ਦੀਵਾਰ ਦੀ ਤਰਾਈ 7 ਦਿਨ ਤੱਕ ਕਰ ਸਕਦੇ ਹਾਂ ਅਤੇ ਗਰਮੀਆਂ ਵਿੱਚ ਇਸ ਦੀ ਤਰਾਈ ਘੱਟੋ ਘੱਟ ਸਾਨੂੰ 10 ਦਿਨ ਹੀ ਕਰਨੀ ਪਵੇਗੀ। ਇਹਨਾਂ 7 ਜਾਂ 10 ਦਿਨ ਤੋਂ ਤਰਾਈ ਨਾ ਹੀ ਘੱਟ ਦਿਨ ਕਰਨੀ ਹੈ ਅਤੇ ਨਾ ਹੀ ਜ਼ਿਆਦਾ ਦਿਨ ਕਰਨੀ ਹੈ। ਇਹ ਜਾਣਕਾਰੀ ਬਹੁਤ ਹੀ ਜ਼ਰੂਰੀ ਸੀ ਤਾਂ ਜੋ ਸਾਡਾ ਸਟਰਕਚਰ ਹੈ ਉਹ ਕਾਫੀ ਹੱਦ ਤੱਕ ਮਜ਼ਬੂਤ ਹੋ ਸਕੇ।